ਗੁਰਦੀਪ ਕੌਰ ਵਾਹ ਖੜੀਆਣਾ 50 ਸਾਲ ਹੋਣੀ ਹੈ ਜੀ ਹਾਂਜੀ ਹਾਂਜੀ ਇਹ ਗਏ ਸੀਗੇ ਜੀ ਲੋਸਮੈਂਟ ਕਰਨ ਹਾਂਜੀ ਅੱਖਾਂ ਖਿੱਚ ਪੈਂਦੀ ਬਸ ਇਹਦੇ ਕਰਕੇ ਅੱਖਾਂ ਦੇ ਅੱਖਾਂ ਵਾਸਤੇ ਹਾਂਜੀ ਕਹਿੰਦੇ ਵਿਰਸ਼ਨ ਹੋਊਗਾ ਹਾਂਜੀ ਨਹੀਂ ਜੀ ਹਾਂ ਕਿਤੇ ਨਹੀਂ ਦਿਖਾਇਆ ਪਹਿਲਾ ਚਾਂਸ ਆ ਹਾਂਜੀ ਨਹੀਂ 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 ਲਿਆ ਹਾਂਜੀ ਉਹਨਾਂ ਨੇ ਸ਼ੂਗਰ ਚੈੱਕ ਕੀਤੀ ਬਲੱਡ ਚੈੱਕ ਕੀਤਾ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਲੱਗਾ ਹਾਂਜੀ ਠੀਕ ਹੈ ਜੀ ਵਿਚਾਰ ਬਹੁਤ ਵਧੀਆ ਆ ਹਾਂਜੀ ਬਹੁਤ ਸੋਹਣਾ ਵਿਚਾਰ ਆ ਜਦ ਸੀਸਾ ਹੀ ਦਊਗਾ ਹਾਂਜੀ ਦਲਜੀਤ ਕੌਰ ਪਿੰਡ ਤਾਂ ਹੈ ਹੀ ਆ ਹੁਣ ਉੱਦਾਂ ਤਾਂ ਪਿੰਡ ਸਾਡਾ ਜੌਲਾ ਜੌਲਾ ਉਮਰ 60-65 ਤੋਂ ਪੂਰੀ ਆ ਨਾ 65 ਕਿੰਨੀ ਇੰਨੀ ਕੁ ਹੋਣੀ ਹੈ ਪੈਸੇ ਇੱਥੇ ਅਲੋਸਮੈਂਟ ਹੋਈ ਸੀ ਗੁਰਦੁਆਰਾ ਹਾਂਜੀ ਖਾਜ ਆਉਂਦੀ ਸੀਗੀ ਦੀਦਾ ਨਹੀਂ ਸੀਗਾ ਅੱਗੇ ਦਿਖਾ ਲਿਆ ਇੱਕ ਪ੍ਰਸ਼ਨ ਹੋਇਆ ਇੱਧਰਲਾ ਹੋਇਆ ਹੈ ਉਹ ਦੱਬ ਵਾਲੀ ਤੋਂ ਹੋਇਆ ਦੂਰ ਹੋਇਆ ਛੋਟਾ ਕਾਕਾ ਮੇਰਾ ਰਹਿੰਦਾ ਉੱਥੇ ਉਹ ਕਹਿੰਦੇ ਆਪਰੇਸ਼ਨ ਕਰਨਾ ਹਾਂ ਹੁਣ ਕਰਾਉਣਾ ਹੀ ਫਿਰ ਹੋਰ ਕੀ ਕਰਨਾ ਨਹੀਂ ਨਹੀਂ ਕੋਈ ਪੈਸਾ ਨਹੀਂ ਲਿਆ ਉਹਨਾਂ ਨੇ ਬਲੱਡ ਇੱਥੋਂ ਕੀਤਾ ਸ਼ੂਗਰ ਪੁੱਛਦੇ ਸ਼ੂਗਰ ਹੈਗੀ ਸ਼ੂਗਰ ਸ਼ਾਗਰ ਹੈ ਨਹੀਂ ਕੁਛ ਵੀ ਬਸ ਹਰਦੀਪ ਸਿੰਘ ਪਿੰਡ ਤਲਣੀ ਉਮਰ 58 ਸਾਲ ਜੀ ਹਮ ਗੁਰਦੁਆਰੇ ਡਿਊਟੀ ਕਰਦੇ ਕੈਂਪ ਲੱਗਾ ਪਤਾ ਲੱਗਾ ਸੀ ਵੀ ਕੈਂਪ ਲੱਗਾ ਆਪਣਾ ਕੋਟਲੀ ਥਾਂ ਹਾਂਜੀ ਅਤੇ ਮੋਤੀ ਆ ਜੀ ਹਾਂਜੀ ਚੈੱਕ ਕਰਾਇਆ ਸੀ ਪਹਿਲਾਂ ਵੀ ਗਏ ਕੋਈ ਕਹਿੰਦਾ ਸੀ ਵੀ ਲਾਈਨ 'ਚ ਪੈਣੇ ਜੀ ਹਾਂਜੀ ਹਾਂਜੀ ਨਹੀਂ ਪਵਾਇਆ ਨਹੀਂ ਥੋੜ੍ਹੇ ਦਿਨ ਹੋਏ ਚੈੱਕ ਕਰਾਈ ਨੂੰ ਹਾਂਜੀ ਅੱਜ ਇਹਨਾਂ ਨੇ ਮੋਤੀਆ ਦੱਸਿਆ ਜੀ ਦੋਵਾਂ ਅੱਖਾਂ 'ਚ ਦੱਸਿਆ ਇਹਨਾਂ ਨੇ ਹਾਂਜੀ ਚੈੱਕ ਬੀ ਪੀ ਹੋਇਆ ਜੀ ਸ਼ੂਗਰ ਹੋਈ ਹੈ ਬਲੱਡ ਚੈੱਕ ਕੀਤਾ ਜੀ ਨਹੀਂ ਬਹੁਤ ਵਧੀਆ ਲੱਗਾ ਜੀ ਜਗੀਰ ਸਿੰਘ ਜੀ ਹੋਰ ਜੀ ਬਹੁਤ ਵਧੀਆ ਸੇਵਾ ਹੋ ਰਹੀ ਆ ਕੋਈ ਪਿੰਡ ਕੋਟਲੀ ਥਾਂ ਸਿੰਘ ਉਮਰ 64 ਸਾਲ ਦੀ ਅਤੇ ਬਹੁਤ ਸੇਵਾ ਵਧੀਆ ਹੋ ਰਹੀ ਆ ਕੋਈ ਕੋਈ ਪੈਸਾ ਨਹੀਂ ਲੱਗਦਾ ਕੋਈ ਵਾਸਤਾ ਬਹੁਤ ਸੇਵਾ ਵਧੀਆ ਹੋਈ ਹਾਂਜੀ ਕੰਮ ਖੇਤੀਬਾੜੀ ਹਾਂਜੀ ਠੀਕ ਵਧੀਆ ਅੱਖ ਨਿਗਾਹ ਥੋੜ੍ਹੀ ਆ ਬਸ ਅੱਖ ਨਿਗਾਹ ਹੈ ਨਹੀਂ ਉਹਦੀ ਮੁਸ਼ਕਿਲ ਇਹ ਆ ਬਸ ਜਿਹਦਾ ਨਹੀਂ ਅੱਖ ਚੌਲਾ ਚੌਲਾ ਜਿਹਾ ਹਾਂਜੀ ਨਹੀਂ ਪਹਿਲਾਂ ਨਿਕਾਲਿਆ ਜਾਂਦਾ ਉਹ ਕਹਿੰਦੇ ਰੱਜ ਪੈਣਾ ਮੈਂ ਕਿਹਾ ਪਾ ਦਿਓ ਹਾਂਜੀ ਪਾ ਅੱਖਾਂ ਚੈੱਕ ਹੋਈਆਂ ਜੀ ਅੱਖਾਂ ਹੀ ਹਾਂਜੀ ਉਹ ਹਾਂਜੀ ਬਸ ਸਰ ਸਾਰੇ ਅੱਖਾਂ ਤਾਂ ਕੀਤੇ ਹੋਰ ਕੋਈ ਨਹੀਂ ਕੀਤੇ ਬਸ ਠੀਕ ਹੈ ਹੋਰ ਸਭ ਕੁਝ ਠੀਕ ਹੈ ਹਾਂਜੀ ਨਹੀਂ ਕੋਈ ਪੈਸਾ ਨਹੀਂ ਕੋਈ ਵਧੀਆ ਦਾਨ ਕਰ ਰਿਹਾ ਫੁੱਲ ਬਹੁਤ ਪਰਾਲਾ ਵਧੀਆ ਜੀ ਬਹੁਤ ਸੇਵਾ ਵਧੀਆ ਹੋ ਰਹੀ ਹੈ ਜੀ ਹਾਂਜੀ ਬਹੁਤ ਵਧੀਆ ਸੇਵਾ ਹੋ ਰਹੀ ਹੈ ਧੰਨਵਾਦ ਇਹਨਾਂ ਦਾ ਕੀਰਤ ਰਾਮ ਜੀ ਬਛਰਾਮਪੁਰ 50 ਸਾਲ ਦੀ ਦਿਹਾੜੀ ਦੱਪਾ ਜੀ ਹਾਂਜੀ ਪੋਸਟ ਲੱਗੇ ਜੀ ਤਲਣ ਅੱਡੇ ਦੇ ਉੱਥੋਂ ਪਤਾ ਲੱਗਾ ਜੀ ਸਾਨੂੰ ਹਾਂਜੀ ਅੱਖਾਂ ਦਾ ਦੀਦਾ ਨਹੀਂ ਚਿੱਟਾ ਰਾਤ ਨੂੰ ਜਦੋਂ ਲਾਈਟ ਪੈਂਦੀ ਬਿਲਕੁਲ ਬੰਦ ਹੋ ਜਾਂਦੀ ਜੀ ਉਹ ਲੈਂਚੀ ਕਹਿੰਦੇ ਆ ਪਹਿਲਾਂ ਤਾਂ ਖਾ ਲਿਆ ਹੈਗਾ ਜੀ ਉੱਥੇ ਵੀ ਪੈਸੇ ਝੇਲੇ ਦਾ ਜੁਗਾੜ ਨਹੀਂ ਹੈਗਾ ਸਾਡੇ ਕੋਲ
ਇੱਥੇ ਕੋਈ ਪੈਸਾ ਨਹੀਂ ਲਿਆ ਜੀ। ਹਾਂਜੀ ਹਾਂਜੀ ਬਹੁਤ ਧੰਨਵਾਦੀ ਹੈ ਜੀ, ਇਹਨਾਂ ਸਾਡਾ ਅੱਖਾਂ ਦਾ ਇਲਾਜ ਕੀਤਾ ਬਹੁਤ ਵਧੀਆ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਵਿੱਚ ਸਾਡੇ ਭੈਣ ਜੀ ਸਰਬਜੀਤ ਅਤੇ ਭਾਅ ਜੀ ਮਨਜੀਤ ਸਿੰਘ ਹੋਣੀ ਸਰਦਾਰ ਢੀਂਸਾ ਜੀ ਵਿੱਚ ਕੈਂਪ ਕੋਲੀ ਥਾਨ ਸਿੰਘ ਵਿੱਚ ਲਾ ਕੇ ਬਹੁਤ ਹੀ ਸਾਡੀਆਂ ਸੰਗਤਾਂ ਨੂੰ ਬਹੁਤ ਹੀ ਉਤਸ਼ਾਹ ਮਿਲਿਆ ਕਿ ਜਿਹੜੇ ਮਰੀਜ਼ ਸਨ ਉਹਨਾਂ ਨੂੰ ਸਾਰੀ ਹੀ ਚੰਗੀ ਤਰ੍ਹਾਂ ਬਿਨਾਂ ਕੋਈ ਪੈਸੇ ਲਿਆ ਬਿਨਾਂ ਐਨਕਾਂ ਮਰੀਜ਼ ਨੂੰ ਪੂਰਾ ਚੈੱਕਅਪ ਆਪਰੇਸ਼ਨ ਕੀਤੇ ਗਏ ਆ ਜੀ। ਇਹ ਦੂਸਰੇ ਕੈਂਪ ਵਿੱਚ ਵੀ ਸਾਡੇ ਪਿੰਡ ਵੱਲੋਂ ਔਰ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਵੀ ਬਹੁਤ ਹੀ ਸਹਿਯੋਗ ਮਿਲਿਆ ਔਰ ਸਾਨੂੰ ਵੀ ਇੱਧਰੋਂ ਢੀਂਸਾ ਸਾਹਿਬ ਪਰਿਵਾਰ ਵੱਲੋਂ ਬਹੁਤ ਸਾਰੀ ਸਹਿਯੋਗ ਨਾਲ ਸਾਡੇ ਪਿੰਡ ਨੂੰ ਕਵਰ ਕੀਤਾ ਜੀ। ਸਾਡੇ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਆਪਣਾ ਦੁੱਖਾਂ ਦਰਦਾਂ ਦਾ ਜੋ ਵੀ ਸੀਗਾ ਅੱਖਾਂ ਦਾ ਉਹ ਕਰਵਾਇਆ ਅਤੇ ਆਪਣੇ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਹੀ ਸੰਚਾਲਕ ਕਰਕੇ ਡਾਕਟਰਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹਨੀ ਕਿ ਸਾਡੇ ਏਰੀਏ ਦੇ ਵਿੱਚ ਸਾਡੀਆਂ ਮਰੀਜ਼ਾਂ ਦੀਆਂ ਦੁੱਖਾਂ ਤਕਲੀਫਾਂ ਨੂੰ ਸੁਣ ਕੇ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਚਲਾਇਆ। ਬਹੁਤ ਬਹੁਤ ਧੰਨਵਾਦ ਸਾਡੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਮੈਂ ਤੀਰ ਸਿੰਘ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਿਹਨੇ ਮੈਨੂੰ ਆਪਣੀ ਸੇਵਾ ਦਾ ਮੌਕਾ ਕਰਨ ਦਾ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।